ਜੋ ਸਾਹਿਬ ਕੋਈ ਗੱਲ ਸੁਣੀ ਹੈ? ਕੋਈ ਨਹੀਂ ਜੀ, ਕਿਹੜੀ ਗੱਲ ਹੈ, ਕੋਈ ਦੱਸੋ ਨਾ ਸਾਂ ਕੀ ਅੱਜ ਬੱਕਰੀ ਆਈ ਹੈ ਨਥੀ ਹੈ ਜੀ 6 ਲੱਖ ਰੁਪਈਏ ਨੀ। ਉਹ ਕਿਆ ਕਰਨੀ ਹੋ ਜੀ ਬਾਬਾ, ਕੀ ਹੈ 6 ਲੱਖ ਰੁਪਏ ਦੀ ਕਿਹੜੀ ਬੱਕਰੀ ਆਈ? ਇਹ ਹੈ ਤਾਂ ਗੱਲ ਹੈ, ਤੁਸੀਂ ਮੰਨੇ ਹੀ ਨਹੀਂ ਹੋ ਨਾ, ਆਪਣੀਆਂ ਅੱਖਾਂ ਨਾਲ ਤਕਸੋ ਤਾਂ ਤੁਹਾਨੂੰ ਕੀ ਯਕੀਨ ਹੋ ਸੀ? ਉਹ 6 ਲੱਖ ਨਹੀਂ ਤਾਂ ਮੰਝ ਲੱਭਣੀ, 6 ਲੱਖ ਦੀ ਬੱਕਰੀ ਕੌਣ ਕਿੰਨਾ ਹੈ? ਉਹ ਚੌਧਰੀ ਜੀ, ਮੈਂ ਵੀ ਨਾ ਸਮਨਾ ਥੀਏ ਲੈ ਪੱਪੂ ਦਸਿਆ ਚੋਕੇ ਵਿੱਚ, ਮੈਂ ਫਿਰ ਆਇਆ ਤੱਕੀ ਆਪੋ ਵੀਡੀਓ ਬਣਾਈ ਤੇ ਅੱਜ ਤੁਸਾਂ ਵੀ ਚੁਲੋ ਤੇ ਤੱਕੋ ਬੱਕਰੀ। ਮੈਂ ਨਾ ਮੰਨਾ 6 ਲੱਖ ਦੀ ਬੱਕਰੀ ਆਈ। ਹਲਾ ਉਠੋ ਫਿਰ ਜੁਲੀਏ ਤੇ ਤੁਸਾਂ ਕੀ ਬੱਕਰੀ ਦਸੀਏ ਤੇ ਜੇ ਉਹ ਨਾ ਹੋਈ ਤਾਂ ਫਿਰ ਚੌਧਰੀ ਜੀ ਜਿਸ ਰਹਿ ਉਸ ਰਹਿ ਤੋਂ ਸੀ ਪਾਰਟੀ ਜੀ। ਚਲੋ ਠੀਕ, ਬੱਕਰੀ ਨੂੰ ਜੁਲੇ ਖਿਲਾਇਆ ਜਾ ਸੀ ਤੁਸਾਂ ਕੀ? ਚਲੋ ਜੀ, ਫਿਰ ਅੱਜ ਤੱਕੀ ਕਿੰਨੇ ਆ ਨਾ, ਅਸਾਂ ਵੀ ਜੁਲਨੇ ਅੱਜ। ਚਲੋ ਜੀ ਚਲੋ, 6 ਲੱਖ ਵਾਲੀ ਬੱਕਰੀ ਤੱਕੋ ਜੀ, ਉੱਠੋ ਜੀ, 6 ਲੱਖ ਵਾਲੀ ਬੱਕਰੀ ਤੱਕਣੇ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਦਾ? ਠੀਕ ਹੋ? ਠੀਕ ਠਾਕ। ਕੀ ਨਾਮ ਹੈ ਤੁਹਾਡਾ? ਮਮਨ ਨਹੀਂ। ਮਮਨ ਨਹੀਂ ਸਾਹਿਬ, ਸਿਹਤਾਂ ਤਬੀਤਾਂ? ਸ਼ੁਕਰ ਮਾਲਕ ਨੂੰ। ਅੱਛਾ ਦੱਸੋ, ਬੱਕਰੀਆਂ ਨੇ ਸ਼ੌਕ ਕਿਤਨੇ ਅਰਸੇ ਸੂ? ਇਹ ਬੱਕਰੀਆਂ ਸ਼ੌਕ ਚੋਕੇ ਅਰਸੇ ਸੂ ਹੈ ਜੀ, ਤੇ ਇਹ ਬੱਕਰੀ ਹੁਣ ਮੈਂ ਆਂਦੀ ਹੈ ਤਕਰੀਬਨ ਸਾਲ ਹੀ ਹੋਇਆ ਵਾ, ਤੇ ਹੁਣ ਆਸਤਾ ਆਸਤਾ ਸ਼ੌਕ ਹੀ ਵਧਾਉਣਾ ਸ਼ੁਰੂ ਕੀਤਾ ਵਾ। ਇਹ ਬੱਕਰੀ ਆਈ ਸੀ 6 ਲੱਖ ਦੀ। 6 ਲੱਖ ਰੁਪਏ ਨੀ, ਸਰ ਸੁਭਾ ਸ਼ਾਹ ਤੋਂ ਆਈ ਸੀ ਹੈ, ਮਲਕ ਤਫੂਰ ਸਾਹਿਬ ਰੋ। ਮਲਕ ਤਫੂਰ ਸਾਹਿਬ, ਇਸ ਬੱਕਰੀ ਦੀ ਕੀ ਖਾਸ ਗੱਲ ਹੈ 6 ਲੱਖ ਰੁਪਏ ਨੀ? ਤੁਸੀਂ ਸਰ ਬਲਵਾਲੀ ਬੀਟਲ ਨਸਲ ਹੈ। ਅੱਛਾ, ਤੇ ਇਹ ਨਸਲ ਮੰਝ ਲੱਭੀ ਜਾਣੀ, ਘੋੜਾ ਲੱਭੀ ਜਾਣਾ ਸੌਖਾ ਲੱਭੀ ਜਾ ਸੀ, ਬੱਕਰੀ ਲੱਭਣੀ ਔਖੀ ਹੈ। ਓਕੇ, ਤੇ ਇਸ ਸਰ ਸੁਭਾ ਸ਼ਾਹ ਨਮਾਇਸ਼ ਤੇ ਪਹਿਲਾ ਟਾਈਮ ਆਈ ਹੈ ਮੇਲੇ ਤੇ ਜੰਗਲ ਹੋਟਲ ਤੇ। ਬੱਕਰੀ ਨਾ ਦੇਣੇ ਨੇ ਪੇ, ਬੱਕਰੀ ਅਸਾਂ ਨਾ ਦੇਣੇ, ਇਹ ਭੁੱਲੀ ਜਾਓ, ਇਹ ਦੇਣੀ ਨਹੀਂ ਹੈ ਬੱਕਰੀ। ਅੱਛਾ, ਇਸ ਨੇ ਕੋਈ ਬਕਰੂਟ ਵੀ ਆਇਆ ਕੋਈ? ਇਹ ਅੱਜ ਹੁਣ ਇਸ ਨਾਲ ਬੋਲਣਾ ਕਿ ਹੁਣ ਕ੍ਰਾਸ ਕਰਾਉਣਾ, ਇਸ ਵਜ੍ਹਾ ਤੋਂ ਬੱਕਰਾ ਵੀ ਆਉਂਦਾ ਵਾ, ਬੱਕਰਾ ਵੀ 2.5 ਲੱਖ ਨਾ ਆਉਂਦਾ ਵਾ। ਕਿਹੜਾ ਬੱਕਰਾ ਆਉਂਦਾ 2.5 ਲੱਖ ਵਾਲਾ? ਬੱਕਰਾ ਦੱਸੋ ਜੀ, ਦੱਸੋ। ਇਸ ਨਾਲ ਬੱਕਰਾ ਜੀ, ਇਸ ਨੇ ਵਾਸਤੇ ਆਉਂਦਾ ਹੈ। ਇਹ ਦੇਖੋ ਜੀ, ਇਹ 2.5 ਲੱਖ ਰੁਪਈਏ ਦਾ ਬੱਕਰਾ। ਇਹ ਬੱਕਰੇ ਨੇ ਕਿਆ ਉਮਰ ਹੈ? ਇਹ ਬੱਕਰਾ ਹੁਣ ਹੋਇਆ ਜੀ 14 ਮਹੀਨਿਆਂ ਦਾ। 14 ਮਹੀਨਿਆਂ ਦਾ ਜੀ ਜੀ। ਇਹ ਪੱਠ ਭਰਿਆ ਕਰੋ ਜੀ, ਇਹ ਹੁਣ ਹੋਇਆ 14 ਮਹੀਨੇ 14 ਮਹੀਨੇ। ਇਹ ਥੋੜਾ ਜਿਹਾ ਹੋ ਗਿਆ ਬਿਮਾਰ, ਹੁਣ ਇਹ ਅੱਲਾ ਕੀਤਾ ਤੇ ਲਾਜ ਮਾਜਰਾ ਸ਼ੁਰੂ ਹੈ, ਇਸ ਤੇ ਬਿਹਤਰ ਹੋ ਗਿਆ ਕਾਫੀ। ਇਹ ਵੀ ਬਲਵਾਲ ਨਸਲ ਹੈ? ਇਹ ਬਲਵਾਲ ਨਸਲ ਹੈ। ਇਹ ਸਰਗੋਧ ਦੇ ਬਲਵਾਲ ਨਸਲ ਹੈ ਜੀ ਜੀ, ਬਲਵਾਲ ਨਸਲ ਹੈ, ਬਲਵਾਲ ਨਸਲ। ਇਹ ਮਿਕਸ ਨਹੀਂ, ਭੇਰ ਬਲਵਾਲ, ਭੇਰ ਬਲਵਾਲ ਹੈ। ਇਹ ਵੀ ਆਈਆਂ ਜੀ 2,40,000 ਰੁਪਏ ਦੀਆਂ। ਦੋ ਪੱਠਾਂ ਨੇ 2,40,000 ਰੁਪਏ ਨੇ। ਕਿਤਨੀ? 9-9 ਮਹੀਨੇ ਨੇ। 9-9 ਮਹੀਨੇ ਇਹਨਾਂ ਦੀ ਉਮਰ ਹੈ ਟੋਟਲ ਵਾਲੇ, ਸਮਝੋ 2.5 ਲੱਖ ਰੁਪਈਆ, 2,00,000 ਤੇ 40,000 ਨੀ ਆ, ਦੋ ਪੱਠਾਂ ਨੇ ਜੀ। ਇਹ ਬੱਕਰੀ ਹੈ ਹੁਣ ਬਾਸ, ਇਹ ਬੱਕਰੀ ਹੈ ਸੂਣ ਵਾਲੀ। ਅੱਛਾ, ਇਹ ਤਿਆਰ ਹੈ? ਤਿਆਰ ਹੈ ਬਿਲਕੁਲ, ਇਸਕੀ ਦਿਹਾੜੇ ਕੁਝ ਰਹਿਣੇ। ਠੀਕ ਹੈ, ਇਹ ਵੀ ਬਲਵਾਲ ਨਸਲ ਨਹੀਂ ਹੈ? ਇਹ ਬਲਵਾਲ ਨਸਲ ਨਹੀਂ ਹੈ। ਇਹ ਸਾਲ ਦੀ ਸੀ ਹੈ 2.5 ਲੱਖ ਰੁਪਏ ਨੀ। ਠੀਕ ਹੈ, ਇਹ ਹੁਣ ਅਸਾਂ ਕੀ ਬੰਦੇ ਕਾਫੀ ਡਿਮਾਂਡ ਕਰੀ ਰਹੇ, ਅਸਾਂ ਕਿਹਾ ਅਸਾਂ ਦੇਣੇ ਨਾ, ਸੂਈ ਬਕਰੋਟੀ ਚਾਹੀਦੇ। ਮੈਂ ਅਸਾਂ ਸ਼ੌਕ ਹੀ ਵਧਾਉਣਾ, ਮੈਂ ਹਾਲੇ ਅਸਾਂ ਸੇਲ ਵਾਲਾ ਕੰਮ ਨਹੀਂ। ਅੱਛਾ, ਦੱਸੋ ਬੱਕਰੀਆਂ ਰੱਖਣਾ ਸੌਖਾ ਕੰਮ ਹੈ ਜਾਂ ਔਖਾ ਕੰਮ ਹੈ? ਬੱਕਰੀਆਂ ਰੱਖਣਾ, ਦਾੰਦ ਰੱਖਣਾ ਸੌਖਾ ਹੈ, ਘੋੜਾ ਰੱਖਣਾ ਸੌਖਾ, ਬੱਕਰੀ ਰੱਖਣਾ ਔਖਾ। ਕਿਆ ਵਜ੍ਹਾ? ਬੱਕਰੀ ਕਿਆ, ਬੱਕਰੀ ਨੀ, ਬਹੁ ਘੇਰ ਕਰਨੀ ਪੈਣੀ, ਦਾਣਾ ਕੀ ਕਿਤਾਬਾਂ ਪਾਈ ਛੋੜੋ, ਦਾਣੇ ਆਟਾ ਪਾਈ ਛੋੜੋ, ਤੇ ਇਹਨਾਂ ਕੀ ਬਹੁ ਘੇਰ ਕਰਨੀ, ਛੋਲੇ ਖਿਲਾਣੇ ਪੈਣੇ, ਇਹਨਾਂ ਕੀ ਕਿਤਾਬਾਂ ਕਰਨਾ ਪੈਣਾ, ਦਾਣਾ ਵਾਲਾ ਕਿਤਾਬਾਂ ਨੀ ਖਾਣੀਆਂ। ਅੱਛਾ, ਇਹਨਾਂ ਕੀ ਮਖਸੂਸ ਜਿਹਾ ਕਿਤਾਬਾਂ, ਇਤਨਾ ਜਿਹਾ ਪੋਹ ਸੀ ਤੇ ਵਿੱਚ ਛੋਲੇ ਬਹੁ, ਦਾਣੇ ਬਹੁ,
ਦਲਾਵਾ ਪਾਓ, ਵਿੱਚ ਖਲ ਪਾਓ, ਹਰ ਇੱਕ ਚੀਜ਼ ਮਿਕਸ ਕਰੀ ਕੇ ਦੁੱਧ ਵਗੈਰਾ ਦੇਣੇ ਆ। ਸੋ ਫਿਲਹਾਲ ਬਿਮਾਰ ਹੋਇਆ ਵਾ, ਇਸਕੀ ਦੁੱਧ ਬੰਦ ਕੀਤਾ ਕਿਉਂਕਿ ਇਸਕੀ ਰੇਸ਼ਾ ਅੰਦਰ ਟੀਕੇ ਦਵਾਈਆਂ ਚੱਲਣੇ ਸੀ ਤੇ ਹੁਣ ਠੀਕ ਹੋ ਸੀ ਤੇ ਅੱਲਾ ਖੈਰ ਕੀਤੀ ਤੇ ਨਮਾਇਸ਼ ਚ ਇਹ ਵੀ ਜਾ ਸੀ। ਕੈਮਰਾਮੈਨ ਜਰਾ ਮਲਕ ਵਕਾਰ ਸਾਹਿਬ ਔਰੰਗਜ਼ੇਬ ਗਾਸ਼ੀ ਸਾਹਿਬ ਅਸਾਂ ਨਾਲ ਹੈ ਤੇ ਵੀਡੀਓ ਮਜ਼ੀਦ ਤੱਕਣੀਆਂ ਹੋਣ ਤਾਂ ਅਸਾਂ ਨਿਸ਼ਾਨੇ ਪਟਵਾਰ ਚੈਨਲ ਤੁਸਾਂ ਆਪਣਾ ਸਬਸਕ੍ਰਾਈਬ ਕਰੋ, ਨਾਲ ਲਾਈਕ ਕਰੋ, ਸ਼ੇਅਰ ਕਰੋ। ਬੱਕਰੀਆਂ ਦਾ ਸ਼ੌਕ ਜਿਹੜਾ ਅਸਾਂ ਨੇ ਪਟਵਾਰ ਵਿੱਚ ਬਹੁਤ ਚੰਗਾ ਸ਼ੌਕ ਹੈ, ਬੱਕਰੀ ਰੱਖਣਾ ਹਜ਼ੂਰ ਪਾਕ ਦੀ ਸੁਨਤ ਵੀ ਹੈ ਤੇ ਬੱਕਰੀ ਜਿਸ ਘਰ ਵਿੱਚ ਹੈ ਨਾ ਉਸ ਘਰ ਵਿੱਚ ਬਰਕਤ ਵੀ ਹੋਣੀ, ਅੱਲਾਹ ਤਾਲਾ ਰੋਜ਼ੀ ਰਿਜ਼ਕ ਵੀ ਉਸ ਬੰਦੇ ਨੂੰ ਜ਼ਿਆਦਾ ਦੇਣਾ। ਤਾਂ ਬੱਕਰੀਆਂ ਬੁਲਵਾਲ ਨਸਲ ਦੀਆਂ, ਬੱਕਰਾ ਬੁਲਵਾਲ ਨਸਲ ਨਾਲ ਤੇ ਕੀਮਤ ਤੁਸੀਂ ਸੁਣੀ ਕੀਤੀ 12 ਲੱਖ ਰੁਪਈਆ ਮਾਲਕਾਂ ਕੀ ਦੇਣੇ ਪਏ ਕਸ਼ਮੀਰ ਵਾਲੇ, ਲੇਕਿਨ ਆਣੇ ਕਿਸੇ ਨਾਲ ਬਾਲ ਵੀ ਨਾ ਦੇਣੇ। ਅੱਲਾਹ ਪਾਕ ਸਲਾਮਤ ਰੱਖੇ, ਇਹ ਸ਼ੌਕ ਸਲਾਮਤ ਰੱਖੇ। ਫਿਰ ਅਗਲੇ ਪ੍ਰੋਗਰਾਮ ਵਿੱਚ ਹਾਜ਼ਰ ਹੋ ਸਾਂ ਯਾਰ ਜਿੰਦਾ ਸੋਬਤ ਬਾਕੀ ਪਾਕਿਸਤਾਨ ਜ਼ਿੰਦਾਬਾਦ। ਮੰਡੀ ਤੋਂ ਬਾਹਰ ਇਹ ਦੁੱਧ ਦਾ ਨਹੀਂ, ਇਹ ਦੁੱਧ ਦਾ ਸਟੇਜ ਦਾ ਜਿਵੇਂ ਤੇ ਬਕਰੂ ਦੀ ਆਪਣੇ ਜਾ ਪਾਣੀ ਹੈ, ਸ਼ੌਕ ਨਹੀਂ ਆ ਰਹੀ, ਸ਼ੌਕ ਨਾਲ ਹੈ। ਹੁਣ ਇਹ ਜਿਹੜਾ ਬੱਕਰਾ ਹੈ ਨਾ, ਇਹ ਚੌਧਰੀ ਮਨੀਰ ਢੇਰੀ ਵਾਲੇ ਨੇ ਬਰੀਡ ਚੋਂ ਹੈ, ਕਸ਼ਮੀਰ ਵਾਲੇ ਨੇ, ਅਤੇ ਉਸਨੇ ਬੱਕਰੇ ਨੇ ਪੋਤਰ ਹੈ, ਇਸਨੀ ਮਾਂ ਜੀ ਇਹ ਉਸਨਾ ਪੁੱਤਰ ਹੈ, ਕਿਉਂਕਿ ਆਮ ਬਰੀਡ ਲੁਧਿਆਣਾ ਵਾਲੇ ਪਾਸੇ ਆ, ਲੁਧਿਆਣਾ ਵਾਲੇ ਪਾਸੇ ਭਈਆ ਕੀ ਦੱਸੋ ਉਹ ਅਨੁ ਪੁਆਇੰਟ ਬਾਹਰ ਖੜਨੇ ਉਹਨੇ ਬਾਹਰ ਅੰਦਰ।